ਮੈਂ ਫਿਰ ਵੀ ਆਪਣੇ ਕੰਮ ਕਰਕੇ ਵੋਟ ਮੰਗਦਾ, ਕੋਈ ਪਾਰਟੀ ਕਰਕੇ ਮੰਗਦਾ ਪਿਆ, ਕੋਈ ਧਰਮ ਕਰਕੇ ਮੰਗਦਾ ਪਿਆ, ਕੋਈ ਕਾਸੇ ਕਰਕੇ। ਅਨਿਲ ਜੋਸ਼ੀ ਪਾਰਟੀ ਦੇ ਨਾਲ ਆਪਣੇ ਕੰਮ ਕਰਕੇ ਵੋਟ ਮੰਗਦਾ ਪਿਆ। ਮੁਕਾਬਲਾ ਕਿਹਦੇ ਨਾਲ ਰਹੇਗਾ ਅੰਮ੍ਰਿਤਸਰ ਦੇ ਵਿੱਚ? ਅਨਿਲ ਜੋਸ਼ੀ ਇਹ ਸਵਾਲ ਕਰਦੇ ਨਾ ਜੀ ਜੀ ਜੀ, ਮੁਕਾਬਲਾ ਕਿਹਦਾ? ਮੈਂ ਕਿਹਾ ਜਿਹੜਾ ਆਪਣਾ ਇੱਕ ਕੰਮ ਗਣਾ ਦੂੰ ਨਾ, ਮੈਂ ਇਹ ਕੀਤਾ, ਉਹਦੇ ਨਾਲ ਮੁਕਾਬਲਾ ਮੁਕਾਬਲਾ। ਹੁਣ ਤੁਸੀਂ ਇਹ ਜਿਹੜਾ ਕਾਂਗਰਸ ਮੌਜੂਦਾ MP ਆ ਜੀ ਕਾਂਗਰਸ ਦਾ, ਦੋ ਟਨੇ ਹੋਰ ਮਿਲੀਆਂ, ਇਹਨਾਂ ਨੇ 10 ਸਾਲ ਲਾ ਲਏ ਤੇ ਉਹ ਖੁਦ ਨਾਲੇ ਤੇ ਰਹਿੰਦੇ ਆ, ਤੇ ਕਿਸੇ ਨੂੰ ਕੀ ਆਸ ਹੋ ਸਕਦੀ ਸੀ? ਜਿਹੜਾ ਬੰਦਾ ਖੁਦ ਨਾਲੇ ਦੀ ਬੋਚ ਰਹਿੰਦਾ ਨਾਲੇ ਦੇ ਉੱਤੇ, ਬਿਲਕੁਲ, ਤੇ ਇੱਕ ਪ੍ਰਾਈਵੇਟ ਮਿੱਲ ਜਿਹੜੀ ਆ ਉਹ 1 ਕਿਲੋਮੀਟਰ ਆਪਣੇ ਜਿਹੜਾ ਵਾ ਅੱਗੋਂ ਛੱਤ ਲਿਆ, ਆਪੇ ਸਹੀ ਕਰ ਦਿੰਦੀ ਉਹ, ਸਹੀ ਕਰ ਲਿਆ, ਤੇ ਸਰਕਾਰ ਯਾਰ MP 20 ਲੱਖ ਵੋਟਰ ਦਾ ਕਿੱਡਾ ਵੱਡਾ, ਇਹ ਕੰਮ ਵੀ ਅਨਿਲ ਜੋਸ਼ੀ ਕਰੂਗਾ। ਜੇ ਅੱਗੇ ਇੱਕ ਨਾਲਾ ਬੰਦ ਕੀਤਾ, ਇਹ ਪੂਰੇ ਪੰਜਾਬ ਦੇ ਵਿੱਚ ਆ, ਅਨਿਲ ਜੋਸ਼ੀ ਨੇ ਇੱਕ ਗੰਦਾ ਨਾਲਾ ਬੰਦ ਕਰਕੇ 4-ਲੇਨ ਸੜਕ ਬਣਾ ਦਿੱਤੀ, ਤੇ ਇਹ ਕ੍ਰੈਡਿਟ ਵੀ ਅਨਿਲ ਜੋਸ਼ੀ ਲਊਗਾ। ਇਹ ਨਾਲਾ ਜਿਹੜਾ ਨਾ ਟਕਾ ਕੇ ਇੱਥੇ ਸੈਰਗਾਹ ਬਣਾਊਗਾ, ਤੇ ਮੈਂ ਇਸ MP ਨੂੰ ਵੀ ਰਾਹਤ ਦਊਂਗਾ ਵੀ ਤੂੰ ਹੁਣ ਸੁੱਖ ਵਧੀਆ ਤਰੀਕੇ। ਮੈਂ ਫਿਰ ਵੀ ਆਪਣੇ ਕੰਮ ਕਰਕੇ ਵੋਟ ਮੰਗਦਾ, ਕੋਈ ਪਾਰਟੀ ਕਰਕੇ ਮੰਗਦਾ ਪਿਆ, ਕੋਈ ਧਰਮ ਕਰਕੇ ਮੰਗਦਾ ਪਿਆ, ਕੋਈ ਕਾਸੇ ਕਰਕੇ। ਅਨਿਲ ਜੋਸ਼ੀ ਪਾਰਟੀ ਦੇ ਨਾਲ ਆਪਣੇ ਕੰਮ ਕਰਕੇ ਵੋਟ ਮੰਗਦਾ ਪਿਆ। ਮੁਕਾਬਲਾ ਕਿਹਦੇ ਨਾਲ ਰਹੇਗਾ ਅੰਮ੍ਰਿਤਸਰ ਦੇ ਵਿੱਚ? ਅਨਿਲ ਜੀ ਸਵਾਲ ਕਰਦੇ ਨਾ ਜੀ ਜੀ ਜੀ, ਮੁਕਾਬਲਾ ਕਿਹਦਾ? ਮੈਂ ਕਿਹਾ ਜਿਹੜਾ ਆਪਣਾ ਇੱਕ ਕੰਮ ਗਣਾ ਦੂੰ ਨਾ, ਮੈਂ ਇਹ ਕੀਤਾ, ਉਹਦੇ ਨਾਲ ਮੁਕਾਬਲਾ ਮੁਕਾਬਲਾ। ਹੁਣ ਤੁਸੀਂ ਇਹ ਜਿਹੜਾ ਕਾਂਗਰਸ ਮੌਜੂਦਾ MP ਆ ਜੀ ਕਾਂਗਰਸ ਦਾ, ਦੋ ਟਨੇ ਹੋਰ ਮਿਲੀਆਂ, ਇਹਨਾਂ ਨੇ 10 ਸਾਲ ਲਾ ਲਏ ਤੇ ਉਹ ਖੁਦ ਨਾਲੇ ਤੇ ਰਹਿੰਦੇ ਆ, ਤੇ ਕਿਸੇ ਨੂੰ ਕੀ ਆਸ ਹੋ ਸਕਦੀ ਸੀ? ਜਿਹੜਾ ਬੰਦਾ ਖੁਦ ਨਾਲੇ ਦੀ ਬੋਚ ਰਹਿੰਦਾ ਨਾਲੇ ਦੇ ਉੱਤੇ, ਬਿਲਕੁਲ, ਤੇ ਇੱਕ ਪ੍ਰਾਈਵੇਟ ਮਿੱਲ ਜਿਹੜੀ ਆ ਉਹ 1 ਕਿਲੋਮੀਟਰ ਆਪਣੇ ਜਿਹੜਾ ਵਾ ਅੱਗੋਂ ਛੱਤ ਲਿਆ, ਆਪੇ ਸਹੀ ਕਰ ਦਿੰਦੀ ਉਹ, ਸਹੀ ਕਰ ਲਿਆ, ਤੇ ਸਰਕਾਰ ਯਾਰ MP 20 ਲੱਖ ਵੋਟਰ ਦਾ ਕਿੱਡਾ ਵੱਡਾ, ਇਹ ਕੰਮ ਵੀ ਅਨਿਲ ਜੋਸ਼ੀ ਕਰੂਗਾ। ਜੇ ਅੱਗੇ ਇੱਕ ਨਾਲਾ ਬੰਦ ਕੀਤਾ, ਇਹ ਪੂਰੇ ਪੰਜਾਬ ਦੇ ਵਿੱਚ ਆ, ਅਨਿਲ ਜੋਸ਼ੀ ਨੇ ਇੱਕ ਗੰਦਾ ਨਾਲਾ ਬੰਦ ਕਰਕੇ 4-ਲੇਨ ਸੜਕ ਬਣਾ ਦਿੱਤੀ, ਤੇ ਇਹ ਕ੍ਰੈਡਿਟ ਵੀ ਅਨਿਲ ਜੋਸ਼ੀ ਲਊਗਾ। ਇਹ ਨਾਲਾ ਜਿਹੜਾ ਨਾ ਟਕਾ ਕੇ ਇੱਥੇ ਸੈਰਗਾਹ ਬਣਾਊਗਾ, ਤੇ ਮੈਂ ਇਸ MP ਨੂੰ ਵੀ ਰਾਹਤ ਦਊਂਗਾ ਵੀ ਤੂੰ ਹੁਣ ਸੁੱਖ ਵਧੀਆ ਤਰੀਕੇ। ਮੈਂ ਫਿਰ ਵੀ ਆਪਣੇ ਕੰਮ ਕਰਕੇ ਵੋਟ ਮੰਗਦਾ, ਕੋਈ ਪਾਰਟੀ ਕਰਕੇ ਮੰਗਦਾ ਪਿਆ, ਕੋਈ ਧਰਮ ਕਰਕੇ ਮੰਗਦਾ ਪਿਆ, ਕੋਈ ਕਾਸੇ ਕਰਕੇ। ਅਨਿਲ ਜੋਸ਼ੀ ਪਾਰਟੀ ਦੇ ਨਾਲ ਆਪਣੇ ਕੰਮ ਕਰਕੇ ਵੋਟ ਮੰਗਦਾ ਪਿਆ। ਮੁਕਾਬਲਾ ਕਿਹਦੇ ਨਾਲ ਰਹੇਗਾ ਅੰਮ੍ਰਿਤਸਰ ਦੇ ਵਿੱਚ? ਅਨਿਲ ਜੀ ਸਵਾਲ ਕਰਦੇ ਨਾ ਜੀ ਜੀ ਜੀ, ਮੁਕਾਬਲਾ ਕਿਹਦਾ? ਮੈਂ ਕਿਹਾ ਜਿਹੜਾ ਆਪਣਾ ਇੱਕ ਕੰਮ ਗਣਾ ਦੂੰ ਨਾ, ਮੈਂ ਇਹ ਕੀਤਾ, ਉਹਦੇ ਨਾਲ ਮੁਕਾਬਲਾ ਮੁਕਾਬਲਾ। ਹੁਣ ਤੁਸੀਂ ਇਹ ਜਿਹੜਾ ਕਾਂਗਰਸ ਮੌਜੂਦਾ MP ਆ ਜੀ ਕਾਂਗਰਸ ਦਾ, ਦੋ ਟਨੇ ਹੋਰ ਮਿਲੀਆਂ, ਇਹਨਾਂ ਨੇ 10 ਸਾਲ ਲਾ ਲਏ ਤੇ ਉਹ ਖੁਦ ਨਾਲੇ ਤੇ ਰਹਿੰਦੇ ਆ, ਤੇ ਕਿਸੇ ਨੂੰ ਕੀ ਆਸ ਹੋ ਸਕਦੀ ਸੀ? ਜਿਹੜਾ ਬੰਦਾ ਖੁਦ ਨਾਲੇ ਦੀ ਬੋਚ ਰਹਿੰਦਾ ਨਾਲੇ ਦੇ ਉੱਤੇ, ਬਿਲਕੁਲ, ਤੇ ਇੱਕ ਪ੍ਰਾਈਵੇਟ ਮਿੱਲ ਜਿਹੜੀ ਆ ਉਹ 1 ਕਿਲੋਮੀਟਰ ਆਪਣੇ ਜਿਹੜਾ ਵਾ ਅੱਗੋਂ ਛੱਤ ਲਿਆ, ਆਪੇ ਸਹੀ ਕਰ ਦਿੰਦੀ ਉਹ, ਸਹੀ ਕਰ ਲਿਆ, ਤੇ ਸਰਕਾਰ ਯਾਰ MP 20 ਲੱਖ ਵੋਟਰ ਦਾ ਕਿੱਡਾ ਵੱਡਾ, ਇਹ ਕੰਮ ਵੀ ਅਨਿਲ ਜੋਸ਼ੀ ਕਰੂਗਾ। ਜੇ ਅੱਗੇ ਇੱਕ ਨਾਲਾ ਬੰਦ ਕੀਤਾ, ਇਹ ਪੂਰੇ ਪੰਜਾਬ ਦੇ ਵਿੱਚ ਆ, ਅਨਿਲ ਜੋਸ਼ੀ ਨੇ ਇੱਕ ਗੰਦਾ ਨਾਲਾ ਬੰਦ ਕਰਕੇ 4-ਲੇਨ ਸੜਕ ਬਣਾ ਦਿੱਤੀ, ਤੇ ਇਹ ਕ੍ਰੈਡਿਟ ਵੀ ਅਨਿਲ ਜੋਸ਼ੀ ਲਊਗਾ। ਇਹ ਨਾਲਾ ਜਿਹੜਾ ਨਾ ਟਕਾ ਕੇ ਇੱਥੇ ਸੈਰਗਾਹ ਬਣਾਊਗਾ, ਤੇ ਮੈਂ ਇਸ MP ਨੂੰ ਵੀ ਰਾਹਤ ਦਊਂਗਾ ਵੀ ਤੂੰ ਹੁਣ ਸੁੱਖ ਵਧੀਆ ਤਰੀਕੇ।